ਸਤਿ ਸ੍ਰੀ ਅਕਾਲ ਜੀ, ਮੈਂ ਕੁਲਵਿੰਦਰ ਸਿੰਘ ਹੋਮ ਗਲੋਬਲ ਤੋਂ। ਅੱਜ ਸਾਡੇ ਨਾਲ ਦਿਲਪ੍ਰੀਤ ਤੇ ਹਮਾਨੀ ਹੈਗੇ ਆ, ਜਿਹਨਾਂ ਦਾ USA ਦਾ ਵੀਜ਼ਾ ਅਪਰੂਵ ਹੋਇਆ। ਇਹ ਸਾਡੇ ਪੁਰਾਣੇ ਕਲਾਇੰਟ ਹੈ, ਜਿਹਨਾਂ ਨੇ ਸਾਡੇ ਕੋਲ ਕੋਰਸ ਚੇਂਜ ਕਰਾਇਆ। 485 ਜਿਹਾ ਜੋਬ ਰੈਡੀ ਦਾ ਇਹਨਾਂ ਦਾ ਪ੍ਰੋਸੈਸ ਚੱਲ ਰਿਹਾ। ਇਹਨਾਂ ਦੇ ਵੀ ਮਾਇੰਡ ਦੇ ਵਿੱਚ ਸੀਗੇ ਵੀ ਅਸੀਂ USA ਦਾ ਵੀਜ਼ਾ ਲਈਏ। ਤੇ ਅੱਜ ਇਹਨਾਂ ਦੀ ਇੰਟਰਵਿਊ ਦੇ ਵਿੱਚ USA ਦਾ ਵੀਜ਼ਾ ਅਪਰੂਵ ਹੋਇਆ, ਇਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇੰਟਰਵਿਊ ਦਾ, ਉਹ ਆਪਾਂ ਜਾਣਦੇ ਹਾਂ। ਕਿੰਨੀ ਕੁ ਦੇਰ ਦੀ ਤੁਹਾਡੀ ਇੰਟਰਵਿਊ, ਕਿਸ ਤਰ੍ਹਾਂ ਦੇ ਸਵਾਲ ਪੁੱਛੇ ਗਏ? ਕਿੰਨੇ ਕੁਸ਼ਚਨ ਪੁੱਛੇ? ਏਦਾਂ ਦਾ ਕੁਸ਼ਚਨ ਸੀਗਾ ਜਿਹੜਾ ਅਸੀਂ ਨਹੀਂ ਤੁਹਾਨੂੰ ਪ੍ਰਪੇਅਰ ਕਰਵਾਇਆ ਸੀਗਾ, ਜਿਹੜੇ ਤੁਹਾਨੂੰ ਕੁਸ਼ਚਨ ਦੀ ਲਿਸਟ ਦਿੱਤੀ ਸੀਗੀ, ਉਹਨਾਂ ਤੋਂ ਬਾਅਦ ਕੋਈ ਏਦਾਂ ਦਾ ਕੁਸ਼ਚਨ ਆਇਆ? ਸਾਰੇ ਕੁਸ਼ਚਨ ਬੇਸਿਕਲੀ ਹੋਰ ਵੀ ਜਿਹੜੇ ਐਪਲੀਕੈਂਟ ਆਪਣੀ ਵੀਡੀਓ ਦੇਖ ਰਹੇ ਆ, ਜਿਹੜੇ USA ਦਾ ਵੀਜ਼ਾ ਲੈਣਾ ਚਾਹੁੰਦੇ, ਕਿਸੇ ਟੈਂਪਰਰੀ ਵੀਜ਼ੇ ਤੇ ਹੈਗੇ ਆ, ਸਟੂਡੈਂਟ ਵੀਜ਼ਾ ਤੇ ਜਾਂ TR ਤੇ, ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੈਗੀ ਆ ਵੀ ਉਹ USA ਦਾ ਵੀਜ਼ਾ, ਇਸ ਟਾਈਮ ਸਕਸੈਸ ਰੇਟ ਬਹੁਤ ਵਧੀਆ ਹੈਗਾ, ਤੇ ਇਸ ਟਾਈਮ USA ਦਾ ਵੀਜ਼ਾ ਲੈ ਸਕਦੇ। ਥੈਂਕ ਯੂ।